ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਵਿੱਚ ਸ਼ਾਮਲ ਹੋਣ ਆਏ ਇੱਕ 5 ਸਾਲਾ ਬੱਚੇ ਦੀ ਸੀਵਰੇਜ ਵਿੱਚ ਡਿੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਆਪਣੇ ਪਰਿਵਾਰ ਨਾਲ ਬਟਾਲਾ ਵਿੱਚ ਗੁਰਪੁਰਬ ਮਨਾਉਣ ਆਇਆ ਹੋਇਆ ਸੀ। ਸਾਰੇ ਪਿੰਡ ਵਾਲਿਆਂ ਨਾਲ ਟਰਾਲੀ ਵਿੱਚ ਬੈਠਿਆ ਸੀ, ਜਦੋਂ ਬਾਥਰੂਮ ਕਰਨ ਲਈ ਹੇਠਾਂ ਉਤਰਿਆ ਤਾਂ ਖੁੱਲ੍ਹੇ ਸੀਵਰੇਜ ਵਿੱਚ ਜਾਗ ਰਿਹਾ। ਕਾਫੀ ਭੀੜ ਹੋਣ ਕਾਰਨ ਉਸਦਾ ਕਿਤੇ ਪਤਾ ਨਾ ਲੱਗਿਆ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਕਾਫੀ ਘੰਟਿਆਂ ਬਾਅਦ ਬੱਚਾ ਸੀਵਰੇਜ ਵਿੱਚ ਗਿਰਿਆ ਵੇਖਿਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਬੱਚੇ ਦੀ ਜਾਨ ਚਲੀ ਗਈ। ਖੁੱਲ੍ਹੇ ਸੀਵਰੇਜ ਦੇ ਟੱਕਣ ਲੱਗੇ ਹੁੰਦੇ ਤਾਂ ਉਹਨਾਂ ਦੇ ਬੱਚੇ ਦੀ ਜਾਨ ਬਚ ਸਕਦੀ ਸੀ। ਮੈਨੂੰ ਇਨਸਾਫ ਚਾਹੀਦਾ ਆ, ਬਾਜਵਾ ਸਾਹਿਬ ਕੋਲੋਂ ਚਾਹੀਦਾ ਵਾ, ਇਸ ਪ੍ਰਧਾਨ ਕੋਲੋਂ ਚਾਹੀਦਾ, ਬਟਾਲੇ ਦੇ ਜਿੰਨੇ ਮੇਰਾ ਪੁੱਤ ਗਵਾਇਆ। ਸੀਵਰੇਜ ਵਾਲੇ ਮੈਂ ਹੁਣੇ ਪਰਚਾ ਕੱਟਣ ਲਈ ਤਿਆਰ ਜੇ, ਜਿਹਨੇ ਤੇ ਪਰਚਾ ਕੱਟਣਾ ਮੈਂ ਹੁਣੇ ਸਾਈਨ ਕਰਨ ਲਈ ਤਿਆਰ ਜੇ, ਮੈਨੂੰ ਇਨਸਾਫ ਚਾਹੀਦਾ ਜੇ। ਮੇਰਾ ਪੁੱਤ ਇੱਥੇ ਫੁੱਲਾਂ ਤੇ ਆ, ਸਾਰੀ ਗਟਰ ਚ ਰਿਹਾ ਆ, ਫੁੱਲ ਜਾਵੇ ਇੱਥੇ ਹੀ ਪਵੇ, ਸੜ ਜਾਵੇ ਮੇਰਾ ਪੁੱਤ, ਮੈਂ ਨੀ ਜਾ ਉੱਠਣਾ ਨਾਲ, ਪਰ ਮੈਂ ਮਰ ਜਾ, ਪਰ ਮੈਨੂੰ ਇਨਸਾਫ ਚਾਹੀਦਾ ਜੇ। ਪ੍ਰਸ਼ਾਸਨ ਨੂੰ ਮੇਰੇ ਸਾਹਮਣੇ ਆਉਣਾ ਪਊਗਾ ਕਿ ਕਿੰਨੀਆਂ ਮਾਵਾਂ ਤੁਸੀਂ ਇਸੇ ਤਰ੍ਹਾਂ ਰੰਡੀਆਂ ਕਰਨੀਆਂ ਵਾਲੇ ਪੁੱਤ ਗਵਾਉਣੇ ਆ। ਇੱਕ ਮਹੀਨੇ ਵਿੱਚ ਕਿੰਨੇ ਕਤਲ ਹੁੰਦੇ ਤੇ ਨੇ ਆਪਣੇ ਰੀ, ਤੇ ਦੁਨੀਆ ਅੱਧੀ ਨਜ਼ਾਰੀ ਮੇਲਾ ਵੇਖਣ ਦੀ ਆ। ਮੇਰਾ ਕਹਿ ਰਿਹਾ ਮੇਲਾ, ਮੈਂ ਆਪਣੇ ਪੁੱਤ ਦੀ ਲਾਸ਼ ਲੈ ਕੇ ਚੱਲੀ, ਪਰਸੋਂ ਮੇਰੇ ਪੁੱਤ ਦਾ ਜਨਮ ਦਿਨ ਆ, ਪਰਸੋਂ ਮੇਰਾ ਜਨਮ ਦਿਨ ਦਾ ਕੇਕ ਕੱਟਣਾ ਸੀ ਤੇ ਅੱਜ ਮੇਰੀ ਲਾਸ਼ ਲੈ ਕੇ ਚੱਲੀ। ਸੰਗਤ ਆਈ ਸੀ ਮਹਾਰਾਜ ਜੀ ਦੇ ਦਰਸ਼ਨ ਕਰਨ, ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਵਿਆਹ ਮਨਾਇਆ ਜਾਂਦਾ, ਪਰ ਇਸ ਪਰਿਵਾਰ ਨੂੰ ਇਹ ਨਹੀਂ ਸੀ ਪਤਾ ਵੀ ਆਪਾਂ ਮਹਾਰਾਜ ਦੇ ਘਰ ਚੋਂ ਝੋਲੀਆਂ ਭਰ ਕੇ ਦਾਤ ਲੈਣ ਆਏ ਹਾਂ। ਪਰ ਅੱਜ ਸਾਡੇ ਪ੍ਰਸ਼ਾਸਨ ਦੀ ਆਪਾਂ ਅਣਗਹਿਲੀ ਸਮਝ ਕੇ ਅੱਜ ਇਹਨਾਂ ਦੇ ਝੋਲੀਆਂ ਦੇ ਵਿੱਚ ਦਾਤ ਨਹੀਂ, ਅੱਜ ਇਹਨਾਂ ਦੇ ਝੋਲੀਆਂ ਦੇ ਵਿੱਚ ਸਾਡੇ ਪ੍ਰਸ਼ਾਸਨ ਦੀ ਗਲਤੀ ਕਰਕੇ ਇਹਨਾਂ ਦੇ ਘਰ ਲਾਸ਼ ਜਾ ਰਹੀ ਹੈ ਉਸ ਬੱਚੇ ਦੀ। ਇੱਥੇ ਕੀ ਅਸੀਂ ਬਟਾਲੇ ਵਾਲੇ ਲੋਕ ਕੀ ਇਹਨਾਂ ਨਾਲ ਦੁੱਖ ਸਾਂਝਾ ਕਰੀਏ ਤੇ ਕੀ ਕਰੀਏ? ਸਾਨੂੰ ਤੇ ਸ਼ਰਮ ਆਉਂਦੀ ਹੈ ਇੱਥੇ ਬੈਠਿਆਂ ਵੀ ਇਹ ਹੋਣ ਕੀ ਰਿਹਾ। ਅਸੀਂ ਬੜਾ ਰੋਲਾ ਪਾਇਆ। ਜੇ ਸੀਵਰੇਜ ਬੋਰਡ ਵਾਲੇ ਨਾਲ ਗੱਲ ਕਰੀਏ ਤੇ ਉਹ ਕਹਿੰਦਾ ਮੇਰੇ ਕੋਲ ਪੈਸਾ ਹੈ ਨਹੀਂ, ਪੈਸਾ ਆਉਣ ਵਾਲਾ। ਉਹ ਜੇ ਨਹੀਂ ਕੁਛ ਕਰ ਸਕਦੇ ਸਾਨੂੰ ਚੌਂਕਾਂ ਦੇ ਵਿੱਚ ਖੜੇ ਹੋ ਕੇ ਕਹਿ ਦਿਓ ਸਾਡੇ ਹੱਥ ਖੜੇ ਨੇ, ਅਸੀਂ NRI ਵੀਰਾਂ ਨੂੰ ਮੰਗ ਕਰ ਲੈਂਦੇ ਹਾਂ ਭਰਾਓ ਸਾਡਾ ਬਟਾਲਾ ਨਰਕ ਬਣ ਗਿਆ, ਇਹਦਾ ਸੁਧਾਰ ਕਰ ਲਈਏ। ਉਹੀ ਸਾਨੂੰ ਥੋੜੇ ਬਹੁਤੇ ਪੈਸੇ ਭੇਜ ਦੇਣ, ਅਸੀਂ ਬਟਾਲੇ ਦਾ ਸੁਧਾਰ ਕਰ ਲਈਏ। ਇਹੋ ਜਿਹੀਆਂ ਮਾਵਾਂ ਦੇ ਪੁੱਤ ਤੇ ਨਾ ਜਾਣ, ਇਹ ਸਿਰਫ ਤੇ ਸਿਰਫ ਸਾਡੇ ਪ੍ਰਸ਼ਾਸਨ ਦੀ ਅਣਗਹਿਲੀ ਕਰ। ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਏਗੀ ਅਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ। ਜੀ, ਬਾਬੇ ਨਾਨਕ ਜੀ ਦੇ ਵਿਆਹ ਪੁਰਬ ਤੇ ਬਟਾਲੇ ਦੇ ਵਿੱਚ ਜਿਹੜੀ ਇਹ ਮੰਦਭਾਗੀ ਘਟਨਾ ਵਾਪਰੀ ਹੈ, ਇਹਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਜਾਣ ਦਾ ਹਾਦਸਾ ਸਾਹਮਣੇ ਆਇਆ ਹੈ। ਇਹਦੇ ਬਾਰੇ FIR ਜਿਹੜੀ ਹੈਗੀ ਹੈ ਸੰਬੰਧਿਤ ਥਾਣੇ ਦੇ ਵਿੱਚ ਆਲਰੇਡੀ ਦਰਜ ਹੋ ਚੁੱਕੀ ਹੈ, ਔਰ ਮੈਨੂੰ ਜੋ ਦੱਸਿਆ ਗਿਆ ਉਹਦੇ ਮੁਤਾਬਿਕ 209 ਨੰਬਰ FIR ਹੈ ਜਿਹੜੀ ਦਰਜ ਹੋਈ ਹੈ ਅੱਜ 16 ਸਤੰਬਰ 2018 ਦੇ ਵਿੱਚ। ਸੋ ਇਸ FIR ਦੇ ਵਿੱਚ ਵੀ ਤਫਤੀਸ਼ ਕੀਤੀ ਜਾਏਗੀ। ਦੌਰਾਨੇ ਤਫਤੀਸ਼ ਜਿਸ ਕਿਸੇ ਦਾ ਵੀ ਕਸੂਰ ਇਹਦੇ ਸਾਹਮਣੇ ਆਏਗਾ ਉਹਦੇ ਅਗੇਂਸਟ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ। ਅਤੇ ਕੱਲ੍ਹ ਰਾਤੀ ਇੱਕ ਬਾਬੇ ਦੇ ਵਿਆਹ ਦੇ ਦੌਰਾਨ ਇੱਕ ਬੱਚੇ ਦੀ ਮਿਸਿੰਗ ਦੀ ਇਤਲਾਹ ਆਈ ਸੀਗੀ, ਜਿਹਦੀ ਕਿ ਮਿਸਿੰਗ ਰਿਪੋਰਟ ਜਿਹੜੀ ਦਰਜ ਕੀਤੀ ਗਈ ਸੀਗੀ। ਉਹ ਸਵੇਰੇ ਜਦੋਂ ਇੱਕ ਗੁਰੂ ਨਾਨਕ ਕਾਲਜ ਦੇ ਕੋਲ ਸਾਹਮਣੇ ਗਟਰ ਦੇ ਵਿੱਚੋਂ ਡੈੱਡ ਬੋਡੀ ਬੱਚੇ ਦੀ ਮਿਲੀ ਤਾਂ ਉਹ ਆਇਡੈਂਟੀਫਾਈਡ ਹੋਇਆ ਕਿ ਗੁਰਨੂਰ ਹੈਗਾ ਛੱਤ ਪਿੰਡ ਦਾ, ਅਤੇ ਉਹਦੀ ਜਿਹੜੀ ਇਹ ਗਟਰ 'ਚ ਗਿਰਨ ਕਰਕੇ ਡੈੱਥ ਹੋਈ ਹੈਗੀ ਹੈ। ਦੈਨ ਫਿਰ ਉਹ ਪੇਰੈਂਟਸ ਨੇ ਪ੍ਰੋਟੈਸਟ ਕੀਤਾ ਹੈਗਾ ਕਿ ਜਿਹੜੀ ਬੱਚੇ ਦੀ ਐਡਮਿਨਿਸਟ੍ਰੇਸ਼ਨ ਦੀ ਪਲੱਸ ਅਣਗਹਿਲੀ ਕਰਕੇ ਡੈੱਥ ਹੋਈ ਹੈ, ਤਾਂ ਉਹਦੇ ਤਹਿਤ ਜਿਹੜਾ ਹੈਗਾ 209 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਹੈਗਾ, ਅਤੇ ਉਹਦੀ ਜਿਹੜੀ ਹੈਗੀ ਆ ਅੱਗੇ ਦੌਰਾਨੇ ਤਫਤੀਸ਼ ਜਿਹੜਾ ਵੀ ਕਸੂਰਵਾਰ ਪਾਇਆ ਗਿਆ ਸਿਵਲ ਐਡਮਿਨਿਸਟ੍ਰੇਸ਼ਨ ਦਾ ਜਾਂ ਕਿਸੇ ਦਾ ਵੀ ਰੋਲ ਜੋ ਵੀ ਸਾਹਮਣੇ ਆਊਗਾ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ। ਨਹੀਂ, ਇਹਦੇ ਬਾਰੇ ਮੈਂ ਇਸ ਗੱਲ 'ਤੇ ਡਿਸਐਗਰੀ ਕਰੂੰਗਾ ਕਿਉਂਕਿ ਮੈਂ ਸ਼ੇਰਦਾ ਜਿਹੜੇ ਹੈਗੇ ਇਸ ਪਰਿਵਾਰ ਦੇ ਨਾਲ, ਮੈਂ ਅਤੇ SDM ਸਾਹਿਬ ਕਾਦੀਆਂ ਚੁੱਕੀ ਜਿਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ, ਵੀ ਆਰ ਵੈਰੀ ਮੱਚ ਕੇਅਰ ਐਟ ਦ ਸਪੋਟ, ਫੈਮਿਲੀ ਦੇ ਨਾਲ ਪੂਰੀ ਇੰਟਰੈਕਸ਼ਨ ਰਹੀ ਹੈਗੀ ਆ, ਐਂਡ ਜਿਹੜੇ ਹੁਣ ਇਸ ਵੇਲੇ ਜਿਹੜੀ ਹੈਗੀ ਆ ਹੁਣ ਵੀ ਫੈਮਿਲੀ ਦੇ ਨਾਲ ਇੰਟਰੈਕਸ਼ਨ ਹੈਗੀ, ਵੀ ਆਰ ਜਸਟ ਸੋਰਟਡ ਆਊਟ ਦਾ ਮੈਟਰ। ਬਟਾਲਾ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।